ਤੇ ਬਟਾਲਾ ਦੇ ਵਿੱਚ ਇੱਕ ਵਾਰ ਫਿਰ ਤੋਂ ਫਾਇਰਿੰਗ ਦੀ ਖਬਰ ਸਾਹਮਣੇ ਆਈ ਹੈ। ਸ੍ਰੀ ਹਰਗੋਬਿੰਦਪੁਰ ਚ ਸ਼ਰੇਆਮ ਗੋਲੀਬਾਰੀ ਹੋਈ ਹੈ। ਸੈਰ ਕਰ ਰਹੇ ਵਪਾਰੀ ਨੂੰ ਗੋਲੀਆਂ ਮਾਰੀਆਂ ਗਈਆਂ ਨੇ। ਦੋ ਬਾਈਕ ਸਵਾਰ ਫਾਇਰਿੰਗ ਕਰਕੇ ਫਰਾਰ ਹੋ ਚੁੱਕੇ ਨੇ। ਵਪਾਰੀ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ। ਆਪ ਵਿਧਾਇਕ ਦੇ ਦਫ਼ਤਰ ਦੇ ਸਾਹਮਣੇ ਇਹ ਵਾਰਦਾਤ ਵਾਪਰੀ ਹੈ। ਸੋ ਦੋ ਬਾਈਕ ਸਵਾਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਸੈਰ ਕਰ ਰਹੇ ਵਪਾਰੀ ਤੇ ਫਾਇਰਿੰਗ ਕੀਤੀ ਗਈ ਹੈ ਤੇ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਜੋ ਮੁਲਜ਼ਮ ਨੇ ਉਹ ਫਰਾਰ ਹੋ ਚੁੱਕੇ ਨੇ। ਆਪ ਵਿਧਾਇਕ ਦੇ ਦਫ਼ਤਰ ਦੇ ਬਾਹਰ ਇਹ ਘਟਨਾ ਵਾਪਰੀ ਹੈ। ਸੋ ਵਪਾਰੀ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ। ਤਸਵੀਰ ਤੁਸੀਂ ਦੇਖ ਸਕਦੇ ਹੋ, ਜੋ ਵਪਾਰੀ ਹੈ ਉਹ ਭੱਜਦਾ ਹੋਇਆ ਨਜ਼ਰ ਆ ਰਿਹਾ। ਸੋ ਸ੍ਰੀ ਹਰਗੋਬਿੰਦਪੁਰ ਜਿੱਥੋਂ ਦਾ ਇਹ ਮਾਮਲਾ ਸਾਹਮਣੇ ਆਇਆ, ਸ਼ਰੇਆਮ ਫਾਇਰਿੰਗ ਕੀਤੀ ਗਈ, ਸੈਰ ਕਰ ਰਹੇ ਵਪਾਰੀ ਨੂੰ ਗੋਲੀਆਂ ਮਾਰੀਆਂ ਗਈਆਂ ਨੇ। ਦੋ ਬਾਈਕ ਸਵਾਰ ਫਾਇਰਿੰਗ ਕਰਕੇ ਫਰਾਰ ਹੋਏ ਨੇ। ਰਾਜਿੰਦਰ ਇਸੇ ਖਬਰ ਤੇ ਜਾਣਕਾਰੀ ਦੀ ਸਾਂਝ ਪਾਉਣਗੇ। ਰਾਜਿੰਦਰ, ਪਹਿਲਾਂ ਤਾਂ ਇਹੀ ਦੱਸੋ ਕਿ ਪੂਰਾ ਮਾਮਲਾ ਕੀ ਹੈ ਤੇ ਕਿਸ ਵੇਲੇ ਦੀ ਘਟਨਾ ਹੈ? ਜੀ ਬਿਲਕੁਲ, ਅੱਜ ਸਵੇਰੇ ਚਿੱਟੇ ਦਿਨ ਜਦੋਂ ਇੱਕ ਵਪਾਰੀ ਬਟਾਲਾ ਦਾ ਕਸਬਾ ਸ੍ਰੀ ਹਰਗੋਬਿੰਦਪੁਰ ਉੱਥੇ ਸੈਰ ਕਰ ਰਿਹਾ ਸੀ। ਇਹ ਧਨਾਟ ਵਪਾਰੀ ਹੈ, ਕੱਪੜੇ ਦਾ ਵਪਾਰੀ ਹੈ ਸ੍ਰੀ ਹਰਗੋਬਿੰਦਪੁਰ ਚ। ਜਦੋਂ ਸਵੇਰੇ ਤੜਕਸਾਰ 7:20 ਤੇ ਸੈਰ ਕਰ ਰਿਹਾ ਸੀ ਤਾਂ ਸ਼ਰੇਆਮ ਦੋ ਮੋਟਰਸਾਈਕਲ ਸਵਾਰ ਆਉਂਦੇ ਨੇ ਔਰ ਉਹਨੂੰ ਸਿੱਧਾ ਗੋਲੀਆਂ ਦਾ ਨਿਸ਼ਾਨਾ ਬਣਾਉਂਦੇ ਨੇ ਔਰ ਬਹੁਤ ਮੁਸ਼ਕਲ ਦੇ ਨਾਲ ਵਾਲ ਵਾਲ ਬਚਿਆ। ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਚਿੱਕੜ ਦੇ ਵਿੱਚ ਗਾਰੇ ਦੇ ਵਿੱਚ ਡਿੱਗ ਕੇ ਉਸਨੇ ਜਾਨ ਬਚਾਈ ਔਰ ਜਿਹੜੀ ਉਹਦੀਆਂ ਗੋਲੀਆਂ ਉਹਦੇ ਸਿਰ ਵੱਲ ਮਾਰੀਆਂ ਸੀ, ਨਾਲ ਨਿਊ ਬੁੱਕ ਸੈਂਟਰ ਸੀ ਉਹਦੇ ਸ਼ਟਰ ਚ ਵੱਜ ਗਈਆਂ ਔਰ ਜਿਹੜੇ ਹਮਲਾਵਰ ਸੀ ਉਸਨੂੰ ਮਾਰਨ ਦੀ ਨੀਅਤ ਨਾਲ ਆਏ ਹਨ। ਇਹ ਕਿਉਂ ਆਏ ਸਨ, ਇਹਦਾ ਕਾਰਨ ਕੀ ਆ, ਪੁਲਿਸ ਇਸ ਦੀ ਜਾਂਚ ਵਿੱਚ ਜੁੱਟ ਗਈ ਆ ਔਰ ਜਿਹੜੀ ਘਟਨਾ ਵਾਪਰੀ ਆ ਇਹ ਆਪ ਦੇ ਵਿਧਾਇਕ ਜਿਹੜੇ ਉਹਨਾਂ ਦੇ ਦਫ਼ਤਰ ਦੇ ਸਾਹਮਣੇ ਸ੍ਰੀ ਹਰਗੋਬਿੰਦਪੁਰ ਅਮਰਪਾਲ ਸਿੰਘ ਦੇ ਵਾਪਰੀ ਆ ਔਰ 15 ਅਗਸਤ ਹੋਣ ਦੇ ਬਾਵਜੂਦ, ਚੌਕਸੀ ਹੋਣ ਦੇ ਬਾਵਜੂਦ ਵੀ ਅਜਿਹੀਆਂ ਘਟਨਾਵਾਂ ਜਿਹੜੀਆਂ ਥੰਮਣ ਦਾ ਨਾਂ ਨਹੀਂ ਲੈ ਰਹੀਆਂ। ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਆ ਔਰ ਜਿਸ ਢੰਗ ਦੇ ਨਾਲ ਜਿਹੜਾ ਵਪਾਰੀ ਆ ਮੌਤ ਦੇ ਮੂੰਹ ਚੋਂ ਬਚਿਆ ਔਰ ਇਲਾਕੇ ਦੇ ਵਿੱਚ ਲੋਕਾਂ ਦੇ ਰੋਸ ਵੀ ਆ ਤੇ ਦਹਿਸ਼ਤ ਵੀ ਆ ਕਿ ਕਿਉਂ ਪੁਲਿਸ ਨਾਕਾਮ ਰਹਿ ਰਹੀ ਹੈ, ਕਿਉਂ ਜਿਹੜੇ ਲਟੇਰੇ ਨੇ ਚਿੱਟੇ ਦਿਨ ਆਉਂਦੇ ਨੇ ਔਰ ਆਸਾਨੀ ਦੇ ਨਾਲ ਗੋਲੀਆਂ ਚਲਾ ਕੇ ਫਰਾਰ ਹੋ ਜਾਂਦੇ ਨੇ, ਕਿਵੇਂ ਕਾਰੋਬਾਰੀਆਂ ਦੇ ਕੋਲੋਂ ਫਰੌਤੀਆਂ ਮੰਗੀਆਂ ਜਾ ਰਹੀਆਂ ਨੇ, ਕਿਵੇਂ ਡਕੈਤੀਆਂ ਹੋ ਰਹੀਆਂ ਨੇ। ਦੇਖੋ, ਜਿਹੜੇ ਮੁਲਜ਼ਮ ਨੌਜਵਾਨ ਆਏ ਸੀ ਬਾਈਕ ਤੇ ਸਵਾਰ ਹੋ ਕੇ, ਇਹਨਾਂ ਮੁਲਜ਼ਮਾਂ ਦੀ ਕੋਈ ਪਛਾਣ ਹੋ ਸਕੀ ਜਾਂ ਫਿਰ ਇਸ ਵਪਾਰੀ ਨੂੰ ਕਿਸੇ ਤੇ ਸ਼ੱਕ ਹੈ, ਕਿਸੇ ਨਾਲ ਕੋਈ ਦੁਸ਼ਮਣੀ? ਜੀ ਬਿਲਕੁਲ, ਜਿਹੜਾ ਵਪਾਰੀ ਆ ਉਹ ਬੜਾ ਸਹਿਮਿਆ ਤੇ ਡਰਿਆ ਪਿਆ, ਪੁਲਿਸ ਦੀ ਕਸਟਡੀ ਚ ਆ, ਪੁਲਿਸ ਉਸ ਨੂੰ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕਰ ਰਹੀ ਆ ਕਿਉਂਕਿ ਧਨਾਟ ਵਪਾਰੀ ਆ, ਇਲਾਕੇ ਦੇ ਵਿੱਚ ਉਹਦਾ ਚੌਖਾ ਵਪਾਰ ਹੈ। ਕਾਰਨ ਇਹੋ ਦੱਸਿਆ ਜਾ ਰਿਹਾ ਕਿ ਸ਼ਾਇਦ ਉਸਨੂੰ ਕੋਈ ਫਰੌਤੀ ਦੀ ਕੋਈ ਮੰਗ ਹੋਏ, ਪਰ ਅਜੇ ਤੱਕ ਪੁਲਿਸ ਨੇ ਇਸਦਾ ਕੋਈ ਖੁਲਾਸਾ ਨਹੀਂ ਕੀਤਾ, ਵਪਾਰੀ ਨੇ ਇਸ ਸੰਬੰਧੀ ਕੋਈ ਬਿਆਨ ਨਹੀਂ ਦਿੱਤਾ। ਪੁਲਿਸ ਇਸ ਦੀ ਜਾਂਚ ਤੋਂ ਬਾਅਦ ਦੱਸੇਗੀ, ਪਰ ਫਿਲਹਾਲ ਜਿਸ ਢੰਗ ਦੇ ਨਾਲ ਉਸਨੂੰ ਨਿਸ਼ਾਨਾ ਬਣਾਇਆ ਗਿਆ, ਉਸਨੂੰ ਮਾਰਨ ਦੀ ਨੀਅਤ ਨਾਲ ਉਸ ਤੇ ਹਮਲਾ ਹੋਇਆ, ਇਲਾਕੇ ਦੇ ਲੋਕ, ਵਪਾਰੀ, ਉਸਦਾ ਪਰਿਵਾਰ ਪੂਰੀ ਦਹਿਸ਼ਤ ਨੇ। ਪੁਲਿਸ ਜਿਹੜੀ ਆ ਮੌਕੇ ਤੇ ਪਹੁੰਚ ਚੁੱਕੀ ਆ, ਜਾਂਚ ਵਿੱਚ ਜੁੜ ਚੁੱਕੀ ਆ। ਇਹ ਪਤਾ ਲੱਗੇਗਾ ਕਿ ਉਸਨੂੰ ਫਰੌਤੀ ਮੰਗੀ ਸੀ ਕਿ ਨਹੀਂ ਮੰਗੀ ਸੀ, ਇਸਦਾ ਕਾਰਨ ਕੀ ਸੀ, ਇਹ ਤੇ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੇਗਾ। ਪਰ ਇੱਕ ਵੱਡੀ ਘਟਨਾ ਦੇ ਕਾਰਨ ਬਟਾਲਾ ਇਲਾਕੇ ਦੇ ਵਿੱਚ ਇੱਕ ਵਾਰ ਮੁੜ ਦਹਿਸ਼ਤ ਦਾ ਮੌਲ ਪਾਦਾ ਹੋਇਆ ਔਰ ਜਿਹੜੇ ਲੁਟੇਰੇ ਨੇ, ਦਹਿਸ਼ਤਗਰਦ ਨੇ, ਇਹ ਜਿਹੜੇ ਇਹਨਾਂ ਨੇ ਪੂਰੀ ਦਹਿਸ਼ਤ ਫੈਲਾਈ ਹੈ ਜਿਸ ਕਾਰਨ ਲੋਕਾਂ ਦੇ ਵਿੱਚ ਖੌਫ ਦਾ ਮਾਹੌਲ ਆ। 15 ਅਗਸਤ ਹੋਣ ਦੇ ਕਾਰਨ ਥਾਂ ਥਾਂ ਨਾਕੇ ਲੱਗੇ ਆ, ਥਾਂ ਥਾਂ ਚੈਕਿੰਗ ਹੋ ਰਹੀ ਆ, ਪਰ ਇਸ ਦੇ ਬਾਵਜੂਦ ਅਜਿਹੀ ਘਟਨਾ ਨੂੰ ਅੰਜਾਮ ਦੇਣਾ
ਪੁਲਿਸ ਲਈ ਇੱਕ ਵੱਡੀ ਚੁਣੌਤੀ ਜ਼ਰੂਰ ਬਣਿਆ। ਤੇ ਬਿਲਕੁਲ ਸਿਰਫ ਬਟਾਲਾ ਹੀ ਨਹੀਂ ਬਲਕਿ ਜਦੋਂ ਪੂਰੇ ਪੰਜਾਬ 'ਚ ਨਜ਼ਰ ਮਾਰੀ ਜਾਏ ਤਾਂ ਵਪਾਰੀ ਵਰਗ ਬਹੁਤ ਪਰੇਸ਼ਾਨ ਹੈ ਕਿਉਂਕਿ ਫਿਰੌਤੀਆਂ ਦੀ ਕੌਲਾਂ ਸਭ ਤੋਂ ਵੱਧ ਵਪਾਰੀਆਂ ਨੂੰ ਆਉਂਦੀਆਂ ਨੇ। ਫਾਇਰਿੰਗ ਦੇ ਮਾਮਲੇ ਦੁਕਾਨਦਾਰਾਂ ਤੇ ਵਪਾਰੀਆਂ ਨਾਲ ਵਾਪਰਦੇ ਨੇ, ਵਪਾਰੀ ਪਰੇਸ਼ਾਨ ਨੇ। ਅਸੀਂ ਪਹਿਲਾਂ ਵੀ ਖਬਰ ਦਿਖਾਈ ਸੀ ਜਦੋਂ ਵਪਾਰੀ ਕਹਿ ਰਿਹਾ ਸੀ ਕਿ ਪੰਜਾਬ 'ਚ ਵਪਾਰ ਨਾ ਕਰੋ, ਮੈਂ ਪੰਜਾਬ ਛੱਡ ਕੇ ਜਾਣ ਲੱਗਾ। ਤੇ ਜੇਕਰ ਇਹੀ ਹਾਲਾਤ ਰਹਿਣਗੇ ਤਾਂ ਇਸਦੀ ਜਵਾਬਦੇਹੀ ਕੌਣ ਦੇਗਾ, ਐਕਸ਼ਨ ਕੌਣ ਲਏਗਾ? ਜੀ ਬਿਲਕੁਲ, ਇਕੱਲੇ ਵਪਾਰੀ ਨਹੀਂ ਸਾਰੇ ਕਾਰੋਬਾਰੀ ਜਿਹੜੇ ਉਹਨਾਂ ਦੀ ਜਾਨ ਜਿਹੜੀ ਆ ਮੁੱਠੀ 'ਚ ਫਸੀ ਪਈ ਆ, ਕਿਉਂਕਿ ਅੱਜ ਦੇ ਹਾਲਾਤ ਅਜਿਹੇ ਬਣ ਗਏ ਨੇ ਹਰ ਕੋਨੇ 'ਚ, ਹਰ ਸ਼ਹਿਰ 'ਚ ਪੰਜਾਬ ਦਾ ਕੋਈ ਇਲਾਕਾ, ਕੋਈ ਸ਼ਹਿਰ, ਕੋਈ ਕਸਬਾ ਜਿਹਾ ਨਹੀਂ ਬਚਿਆ ਜਿਹੜੇ ਫਰੌਤੀਆਂ ਦੇ ਨਿਸ਼ਾਨੇ ਦੇ ਉੱਤੇ ਨਾ ਹੋਣ। ਜੇਕਰ ਵਪਾਰੀ ਦਏ ਤਾਂ ਮਰਦਾ, ਫਰੌਤੀ ਜੇ ਨਾ ਦਏ ਤਾਂ ਮਰਦਾ, ਜੇ ਪੁਲਿਸ ਨੂੰ ਕੰਪਲੇਂਟ ਕਰਦਾ। ਠੀਕ ਹੈ, ਸ਼ੁਕਰੀਆ, ਤੁਹਾਡੇ ਤੋਂ ਅਸੀਂ ਅੱਗੇ ਅਪਡੇਟ ਲੈਂਦੇ ਰਹਾਂਗੇ। ਫਿਲਹਾਲ ਇਹ ਸ੍ਰੀ ਹਰਗੋਬਿੰਦਪੁਰ ਦੀ ਖਬਰ ਜਿੱਥੇ ਇੱਕ ਵਪਾਰੀ 'ਤੇ ਗੋਲੀਆਂ ਚਲਾਈਆਂ ਗਈਆਂ ਨੇ।